दो बच्चे दादा रह गया कला ਤੇ ਉੱਥੇ ਕਰੇਨ ਆਪਰੇਟਰ ਸੀ ਤੇ ਕਰੇਨ ਚਲਾਉਂਦਿਆਂ ਚਲਾਉਂਦਿਆਂ ਕਿਤੇ ਕਰੇਨ ਖੜੀ ਕੀਤੀ ਹੈ ਤੇ ਉਹ ਕਰੇਨ ਦੀ ਬ੍ਰੇਕ ਫੇਲ ਹੋ ਗਈ ਉਹਨੂੰ ਦੁਬਾਰਾ ਰੋਕਣ ਵਾਸਤੇ ਤਾਂ ਚੜਿਆ ਤੇ ਇਹਨਾਂ ਦੀ ਡੈਥ ਹੋ ਗਈ ਹੈ ਆਪਣੇ ਬੱਚਿਆਂ ਦਾ ਭਵਿੱਖ ਸੁਨਹਿਰਾ ਬਣਾਉਣ ਦੇ ਲਈ ਮਾਤਾ ਪਿਤਾ ਹਰ ਮੁਮਕਿਨ ਕੋਸ਼ਿਸ਼ ਕਰਦੇ ਨੇ ਤੇ ਹਰ ਉਹ ਚੀਜ਼ ਕਰਦੇ ਨੇ ਜਿਨ੍ਹਾਂ ਦੇ ਨਾਲ ਉਹਨਾਂ ਦੇ ਬੱਚੇ ਖੁਸ਼ ਰਹਿਣ पर पंजाब च रुजगार दियां सहूलतां घट होण कारण अज दे इस युग दे विच हर कोई बाहरले देशां नूं भजदा है। फिर भावें उह नौजवान पीढ़ी होवे या बच्चियां दे भविख बारे सोचदे मापे, उह अपने बच्चियां तों उहनां दी खुशी लई उहनां तों दूर होण दा दुख वी हस के झल लैंदे ने ते विदेश दी धरती ते दिन रात कम करदे ने ਤਾਂ ਕਿ ਉਹ ਆਪਣੇ ਬੱਚਿਆਂ ਨੂੰ ਸਾਰੀਆਂ ਸੁੱਖ ਸਹੂਲਤਾਂ ਦੇ ਸਕਣ। ਤੇ ਅਜਿਹੀ ਹੀ ਇੱਕ ਕਹਾਣੀ ਹੈ ਅੰਮ੍ਰਿਤਸਰ ਦੇ ਰਹਿਣ ਵਾਲੇ ਸੁਲਵਿੰਦਰ ਸਿੰਘ ਦੀ, ਜੋ 6 ਸਾਲ ਪਹਿਲਾਂ ਰੋਜ਼ੀ ਰੋਟੀ ਕਮਾਉਣ ਦੇ ਖਾਤਰ ਵਿਦੇਸ਼ ਗਿਆ ਸੀ। ਸਾਊਥ ਅਫਰੀਕਾ 'ਚ ਦਿਨ ਰਾਤ ਆਪਣੇ ਛੋਟੇ ਛੋਟੇ ਬੱਚਿਆਂ ਦੇ ਲਈ ਕੰਮ ਕਰਦਾ ਰਿਹਾ, ਪਰ ਹੁਣ ਇਸ ਨੌਜਵਾਨ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ। ਜੀ ਹਾਂ, ਤੁਹਾਨੂੰ ਦੱਸ ਦਿੰਦੇ ਹਾਂ ਕਿ ਸੁਲਵਿੰਦਰ ਸਿੰਘ ਸੜਕ ਹਾਦਸੇ ਦਾ ਸ਼ਿਕਾਰ ਹੋਇਆ ਤੇ ਜਦ ਪਰਿਵਾਰਕ ਮੈਂਬਰਾਂ ਨੂੰ ਇਸ ਦਾ ਪਤਾ ਲੱਗਦਾ ਤਾਂ ਇੰਜ ਜਾਪਦਾ ਹੈ ਕਿ ਜਿਵੇਂ ਉਹਨਾਂ ਦੇ ਉੱਪਰ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਸੁਲਿੰਦਰ ਦੀ ਪਤਨੀ ਤੇ ਬੱਚਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ। ਉਹ ਬਸ ਇੱਕੋ ਮੰਗ ਕਰ ਰਹੇ ਨੇ ਕਿ ਮ੍ਰਿਤਕ ਦਾ ਸ਼ਵ ਪੰਜਾਬ ਭੇਜ ਦਿੱਤਾ ਜਾਵੇ। ਉੱਥੇ ਜਦ ਸੁਲਵਿੰਦਰ ਦੀ ਪਤਨੀ ਤੇ ਭਰਾ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਸੁਲਵਿੰਦਰ ਦੇ ਪਿਤਾ ਵੀ ਪੈਰਾਲਾਈਜ਼ਡ ਨੇ ਤੇ ਹੁਣ ਉਹਨਾਂ ਦੇ ਪਰਿਵਾਰ ਦੇ ਵਿੱਚ ਹੋਰ ਕੋਈ ਕਮਾਉਣ ਨਹੀਂ ਹੈ। ਉਹਨਾਂ ਇਹ ਵੀ ਕਿਹਾ ਕਿ ਜਿੱਥੇ ਉਹ ਕੰਮ ਕਰਦਾ ਸੀ ਉਹ ਕੰਪਨੀ ਦੇ ਵੱਲੋਂ ਮਦਦ ਕਰਨ ਦਾ ਵਿਸ਼ਵਾਸ ਦਿੱਤਾ ਜਾ ਰਿਹਾ ਹੈ। ਜਿਨ੍ਹਾਂ ਦੀ ਡੈਥ ਹੋਈ ਮੇਰੇ ਜੀਜਾ ਜੀ ਆ ਔਰ ਇਹ ਸਾਊਥ ਅਫਰੀਕਾ ਦੇ ਵਿੱਚ ਕੰਮ ਕਰਦੇ ਸੀ, ਸਾਊਥ ਅਫਰੀਕਾ ਲੁੰਬਾਸ਼ੀ, ਅਤੇ ਉੱਥੇ ਕਰੇਨ ਆਪਰੇਟਰ ਸੀ ਅਤੇ ਕਰੇਨ ਚਲਾਉਂਦਿਆਂ ਚਲਾਉਂਦਿਆਂ ਕਿਤੇ ਕਰੇਨ ਖੜੀ ਕੀਤੀ ਹੈ ਅਤੇ ਉਹ ਕਰੇਨ ਦੀ ਬ੍ਰੇਕ ਫੇਲ ਹੋ ਗਈ ਉਹਨੂੰ ਦੁਬਾਰਾ ਰੋਕਣ ਵਾਸਤੇ ਤਾਂ ਚੜਿਆ ਅਤੇ ਇਹਨਾਂ ਦੀ ਡੈਥ ਹੋ ਗਈ ਹੈ। ਅਤੇ ਬਾਕੀ ਇਹਨਾਂ ਬੱਚਿਆਂ ਦਾ ਥੋੜ੍ਹਾ ਛੋਟੇ ਛੋਟੇ ਦੋ ਬੱਚੇ ਆ, ਇਹਨਾਂ ਦੇ ਪਿੱਛੇ ਕੋਈ ਨਹੀਂ ਹੁੰਦਾ, ਪਿਓ ਦੇ ਪਿਓ ਤੋਂ ਇਲਾਵਾ ਕੋਈ ਨਹੀਂ ਸਭ ਕਰਦਾ। ਅਤੇ ਇੱਕ ਦਾਦਾ ਜੀ ਇਹਨਾਂ ਦੇ ਬੱਚਿਆਂ ਦੇ, ਉਹ ਵੀ ਪੈਰਾਲਾਈਜ਼ ਨੇ। ਅਤੇ ਅਸੀਂ ਪ੍ਰਸ਼ਾਸਨ ਤੋਂ ਸਾਨੂੰ ਇਹੀ ਮੰਗਿਆ ਵੀ ਇਹਨਾਂ ਦੀ ਜਿੱਥੇ ਕੰਪਨੀ 'ਚ ਕੰਮ ਕਰਦੇ ਉਹ ਕੰਪਨੀ ਵੱਲੋਂ ਵੀ ਥੋੜ੍ਹੀ ਸਹਾਇਤਾ ਕੀਤੀ ਜਾਵੇ ਅਤੇ ਪ੍ਰਸ਼ਾਸਨ ਵੱਲੋਂ ਵੀ ਥੋੜ੍ਹੀ ਸਹਾਇਤਾ ਕੀਤੀ ਜਾਵੇ। ਹਾਲਾਤ ਭਾਅ ਜੀ ਜਦੋਂ ਬੰਦਾ ਹੀ ਚਲੇ ਗਿਆ ਤਾਂ ਫਿਰ ਘਰ ਦੇ ਹਾਲਾਤ ਕਿਸਾਨਾਂ ਨਾਲ, ਕਮਾਉਣ ਵਾਲਾ ਤਾਂ ਉਹੀ ਸੀਗਾ, ਹੁਣ ਕਮਾਉਣ ਵਾਲਾ ਤਾਂ ਉਹੀ ਸੀਗਾ, ਜਦੋਂ ਉਹੀ ਚਲੇ ਗਿਆ ਤਾਂ ਫਿਰ ਘਰ ਦੇ ਹਾਲਾਤ ਤੁਹਾਨੂੰ ਪਤਾ ਹੀ ਆ, ਮਾੜੇ ਰਹਿਣੇ। ਘਰ ਦੇ ਵਿੱਚ ਦੋ ਬੱਚੇ ਆ, ਦਾਦਾ ਰਹਿ ਗਿਆ ਇਕੱਲਾ ਹੁਣ। ਸੁਲਵਿੰਦਰ ਦੇ ਭਰਾ ਦੇ ਵੱਲੋਂ ਵੀ ਇਹ ਗੱਲ ਦੱਸੀ ਗਈ ਹੈ ਕਿ ਜਿਹੜੀ ਕੰਪਨੀ ਦੇ ਵਿੱਚ ਉਹ ਕੰਮ ਕਰਦਾ ਸੀ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹ ਪਰਿਵਾਰਕ ਮੈਂਬਰਾਂ ਦੇ ਲਈ ਵੀਜ਼ਾ ਭੇਜ ਦੇਣਗੇ, ਪਰ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਸਿਰਫ ਸੁਲਵਿੰਦਰ ਦੀ ਬਾਡੀ ਪੰਜਾਬ ਲਿਆਉਣੀ ਚਾਹੁੰਦੇ ਨੇ, ਹੋਰ ਉਹਨਾਂ ਨੂੰ ਕੁਝ ਵੀ ਨਹੀਂ ਚਾਹੀਦਾ ਤੇ ਇਸ ਲਈ ਮਦਦ ਦੀ ਗੁਹਾਰ ਜਿਹੜੀ ਹੈ ਉਹ ਕੇਂਦਰ ਸਰਕਾਰ ਤੋਂ ਤੇ ਪੰਜਾਬ ਸਰਕਾਰ ਤੋਂ ਲਗਾ ਰਹੇ ਨੇ। ਮੇਰਾ ਕਜ਼ਨ ਲੱਗਦਾ ਸੀ ਤੇ ਮੇਰਾ ਛੋਟੇ ਛੋਟੇ ਬੱਚੇ ਛੱਡ ਗਏ ਆ, ਛੋਟਾ ਪਰਿਵਾਰ ਛੱਡ ਗਏ ਆ, ਇੱਕ ਤੁਸੀਂ ਦੇਖੋ ਪੈਰਾਲਾਈਜ਼ ਬਾਪ ਆ ਉਹ ਛੱਡ ਗਏ ਆ। ਜਲਦ ਤੋਂ ਜਲਦ ਇਹ ਮੰਗ ਕਰਦੇ ਹਾਂ ਕਿ ਸਾਡੀ ਡੈੱਡ ਬੋਡੀ ਸਾਨੂੰ ਸੌਂਪੀ ਜਾਵੇ ਜੋ ਅਸੀਂ ਉਹਦਾ ਕਿਰਿਆਕ੍ਰਮ ਜੋ ਵੀ ਕਰ ਸਕੀਏ। ਬੰਦਾ ਹੀ ਭਾਵੇਂ ਕੋਈ ਨਹੀਂ ਜਾਣਦਾ, ਇੱਦਾਂ ਦਾ ਇਨਸਾਨ ਸੀ ਮਾਲਕ, ਚਲੋ ਉਹਨੂੰ ਲੈ ਗਿਆ, ਅਸੀਂ ਕਹਿੰਦੇ ਅਜੇ ਵੀ ਮਾਲਕ ਆ ਮੋੜਾ ਮੋੜ ਦੇ, ਪਰ ਨਹੀਂ ਸੁਣਦਾ ਸਾਡੀ ਮਾਲਕ, ਆਉਂਦੇ ਹੋ ਤਾਂ ਤੁਹਾਨੂੰ ਵੀਜ਼ੇ ਭੇਜ ਦਿੰਦੇ, ਪਰ ਅਸੀਂ ਕਿਹਾ ਵੀ ਸਾਨੂੰ ਡੈੱਡ ਬੋਡੀ ਚਾਹੀਦੀ, ਅਸੀਂ ਉੱਥੇ 4-5 ਬੰਦੇ ਜਾ ਕੇ ਕੀ ਕਰਾਂਗੇ। ਦੱਸਣਯੋਗ ਹੈ ਕਿ ਮ੍ਰਿਤਕ ਨੌਜਵਾਨ 5 ਭੈਣ ਭਰਾਵਾਂ ਦਾ ਸਭ ਤੋਂ ਛੋਟਾ ਤੇ ਲਾਡਲਾ ਵੀਰ ਸੀ ਤੇ ਕੁਝ ਮਹੀਨੇ ਪਹਿਲਾਂ ਹੀ 1 ਮਹੀਨੇ ਦੀ ਛੁੱਟੀ ਤੇ ਪੰਜਾਬ ਪਰਤਿਆ ਸੀ ਤੇ ਇਸ ਦੌਰਾਨ ਉਸਨੇ ਹਜੇ ਆਪਣਾ ਇੱਕ ਨਵਾਂ ਘਰ ਵੀ ਬਣਾਇਆ ਸੀ।